CWT ਪ੍ਰਾਈਮ ਟੀਵੀ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ। ਅੱਜ ਪਟਿਆਲਾ 500 ਰੋਡ ਤੇ ਸਥਿਤ ਪਿੰਡ ਕਿਸ਼ਨਪੁਰਾ ਉਰਫ ਬਖਸ਼ੀਵਾਲ ਵਿਖੇ ਸਰਪੰਚ, ਪੰਚ ਅਤੇ ਨੌਜਵਾਨਾਂ ਵੱਲੋਂ ਮਿਲ ਕੇ ਸਾਰੇ ਪਿੰਡ ਵਿੱਚ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਗਿਆ। ਇਸ ਦੇ ਨਾਲ ਸਰਪੰਚ ਜਸਵਿੰਦਰ ਸਿੰਘ, ਸਰਦਾਰ ਅਮਰਜੀਤ ਸਿੰਘ ਸੈਲਰ ਵਾਲੇ, ਪੰਚ ਬਲਦੇਵ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਬਖਸ਼ੀਵਾਲ ਵੱਲੋਂ ਲੋੜਵੰਦਾਂ ਨੂੰ ਖਾਣਾ ਵੀ ਮੁਹੱਈਆ ਕਰਵਾਇਆ ਗਿਆ ਅਤੇ ਨਾਲ ਹੀ ਸਰਪੰਚ ਵੱਲੋਂ ਕੋਰੋਨਾ ਵਾਇਰਸ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਅਤੇ ਵਿਸ਼ਵਾਸ ਦਵਾਇਆ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਣਗੀਆਂ ਉਹ ਸਮੇਂ ਸਿਰ ਲੋੜਵੰਦ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ। ਨਵਨੀਤ ਕੌਰ ਦੇ ਨਾਲ ਕੈਮਰਾਮੈਨ ਮਨਦੀਪ ਸਿੰਘ, CWT ਪ੍ਰਾਈਮ ਟੀਵੀ। ਡੀ ਯੂ
ਪਿੰਡ ਬਕਸੀਵਾਲਾ ਗ੍ਰਾਮ ਪੰਚਾਇਤ ਵੱਲੋਂ ਅਤੇ ਸੰਯੋਗ ਪੁਲਿਸ ਥਾਣਾ ਬਕਸੀਵਾਲਾ ਅਤੇ ਅਮਰਜੀਤ ਸਿੰਘ ਭਾਅ ਜੀ ਦੇ ਬੰਦੇ ਉਹਨਾਂ ਵੱਲੋਂ ਜੋ ਕਰੋਨਾ ਵਾਇਰਸ ਚੱਲ ਰਿਹਾ ਉਹਨਾਂ ਵਿੱਚ ਵੈਂਪ ਚਲਾਈ ਗਈ ਹੈ। ਗਰੀਬਾਂ ਨੂੰ ਖਾਣਾ ਦਿੱਤਾ ਗਿਆ ਅਤੇ ਗਰੀਬਾਂ ਨੂੰ ਬੇਨਤੀ ਕੀਤੀ ਗਈ ਹੈ ਵੀ ਆਪਣੇ ਆਪਣੇ ਘਰਾਂ 'ਚ ਰਹੋ, ਜੋ ਤੁਹਾਡੀਆਂ ਮੁਸ਼ਕਲਾਂ ਨੇ ਉਹ ਪੁਲਿਸ ਪ੍ਰਸ਼ਾਸਨ ਅਤੇ ਅਸੀਂ ਰਲ ਕੇ ਨਾਲ ਤੁਹਾਡੀ ਹੱਲ ਕਰਾਂਗੇ। ਅਤੇ ਕਰੋਨਾ ਵਾਇਰਸ ਨੂੰ ਘਰ ਵਿੱਚ ਹੀ ਰਹਿ ਕੇ ਉਸ ਬਿਮਾਰੀ ਤੋਂ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਅਤੇ ਬਾਕੀ ਪੁਲਿਸ ਪ੍ਰਸ਼ਾਸਨ ਦਾ ਸਾਰਾ ਸਾਥ ਸਾਨੂੰ ਬਹੁਤ ਹੈ ਪਿੰਡ ਬਕਸੀਵਾਲਾ ਵੱਲੋਂ। ਸਰ, ਤੁਸੀਂ ਕੁਛ ਕਹਿਣਾ ਚਾਹੋਗੇ ਕਰੋਨਾ ਬਾਰੇ? ਹਾਂ, ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਕਰੋਨਾ ਵਾਇਰਸ ਹੈ ਇਹ ਲਾ ਇਲਾਜ ਬਿਮਾਰੀ ਹੈ, ਇਹਨੂੰ ਅਸੀਂ ਘਰਾਂ ਵਿੱਚ ਰਹਿ ਕੇ ਹੀ ਤਾਂ ਬਿਮਾਰੀ ਦੀ ਰੋਕਥਾਮ ਤੋਂ ਬਚਿਆ ਜਾ ਸਕਦਾ ਹੈ। ਜੋ ਗਰੀਬ ਲੋਕ ਨੇ ਜਿਨ੍ਹਾਂ ਕੋਲ ਘਰ ਖਾਣਾ ਨਹੀਂ ਹੈਗਾ, ਸਰਕਾਰ ਨੇ ਆਪਣੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਹੋਈ ਹੈ, ਅਸੀਂ ਉਹਨਾਂ ਨੂੰ ਘਰ ਘਰ ਖਾਣਾ ਪਹੁੰਚਾ ਰਹੇ ਹਾਂ। ਅਤੇ ਜਦੋਂ ਵੀ ਸਾਨੂੰ ਕਾਲ ਆਉਂਦੀ ਹੈ ਕਿਸੇ ਗਰੀਬ ਵਿਅਕਤੀ ਦੀ ਜਾਂ ਉਹਦੀ ਕਿਸੇ ਵੀ ਪ੍ਰਸ਼ਨ ਦੀ, ਅਸੀਂ ਤੁਰੰਤ ਗੱਡੀ ਲੈ ਕੇ ਉਹਨੂੰ ਖਾਣਾ ਪ੍ਰੋਵਾਈਡ ਕਰਦੇ ਹਾਂ। ਅਤੇ ਅਸੀਂ ਲੋਕਾਂ ਨੂੰ ਇਹੀ ਹਦਾਇਤ ਕਰਦੇ ਹਾਂ ਕਿ ਆਪਣੇ ਘਰਾਂ 'ਚ ਰਹੋ ਅਤੇ ਕਿਸੇ ਨੂੰ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇ।